ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਟੀਵੀ ਮੈਂ ਸਰਬੀ ਪ੍ਰੋਗਰਾਮ ਖਬਰਨਾਮਾ ਲੈ ਕੇ ਇੱਕ ਵਾਰ ਫਿਰ ਤੁਹਾਾਸਾ ਕਈ ਵਾਰ ਅਸੀਂ ਬਹੁਤ ਸਾਰੀਆਂ ਵੀਡੀਓਜ਼ ਬਣਾਉਂਦੇ ਆਂ ਤੇ ਅਪਲੋਡ ਕਰ ਦਿੰਦੇ ਆਂ ਕਈ ਵਾਰ ਸਾਡਾ ਮਕਸਦ ਸਿਰਫ ਤੇ ਸਿਰਫ ਲੋਕਾਂ ਨੂੰ ਐਂਟਰਟੇਨ ਕਰਨਾ ਹੁੰਦਾ ਪਰ ਕਈ ਵਾਰ ਸਾਡੀ ਇਹ ਐਂਟਰਟੇਨਮੈਂਟ ਵਾਲੀ ਵੀਡੀਓਜ਼ ਜਾਂ ਫਿਰ ਮਜ਼ਾਕ ਕੀਤੀਆਂ ਹੋਈਆਂ ਵੀਡੀਓਜ਼ ਸਾਡੇ ਉੱਤੇ ਭਾਰੀ ਪੈ ਜਾਂਦੀਆਂ ਨੇ ਅਸੀਂ ਬਹੁਤ ਸਾਰੀਆਂ ਵੀਡੀਓਜ਼ ਆਪਾਂ ਦੇਖਦੇ ਵੀ ਆਂ ਜਿਹੜੀਆਂ ਪਹਿਲਾ ਤਾਂ ਮਜ਼ਾਕੇ ਤੌਰ ਤੇ ਉੱਤੇ ਬਣਾਈ ਜਾਂਦੀ ਹੈ ਬਾਅਦ ਦੇ ਵਿੱਚ ਉਹਨਾਂ ਦੇ ਖਿਲਾਫ ਕਾਰਵਾਈ ਵੀ ਹੁੰਦੀ ਹੈ ਮੈਂ ਸਭ ਕੁਝ ਤੰਦਸਰੀਆਂ ਕਿਉਂਕਿ ਇੱਕ ਵਾਰ ਫੇਰ ਤੋਂ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਪਰ ਹੁਣ ਉਸ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਹ ਵੀਡੀਓ ਸ਼ਾਇਦ ਤੁਸੀਂ ਵੀ ਦੇਖੀ ਹੋਏਗੀ ਤੁਹਾਨੂੰ ਅਸੀਂ ਵੀ ਆ ਵੀਡੀਓ ਦਿਖਾਵਾਂਗੇ ਪਰ ਇਸ ਵੀਡੀਓ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਆਖਰੀ ਮਾਮਲਾ ਹੈ ਕੀ ਹੈ ਸਯੁਕਤ ਅਰਬ ਅਮੀਰਾਤ ਦੇ ਵਿੱਚ ਇੱਕ ਵਿਅਕਤੀ ਨੇ ਆਪਣੇ ਕਾਮੇਡੀ ਇੰਟਰਨੈਟ ਵੀਡੀਓ ਨੂੰ ਅਪਲੋਡ ਕੀਤਾ ਸੀ। ਇਸ ਵੀਡੀਓ ਨੇ ਸੋਸ਼ਲ ਮੀਡੀਆ ਤੇ ਹੰਗਾਮਾ ਮਚਾ ਦਿੱਤਾ ਸੀ ਤੇ ਉਸ ਤੋਂ ਬਾਅਦ ਉਹ ਆਪ ਹੀ ਆਪਣੀ ਮੁਸੀਬਤ ਦੇ ਵਿੱਚ ਪੈ ਗਿਆ ਸੀ। ਉਸ ਦਾ ਵੀਡੀਓ ਜੋ ਤੇਜ਼ੀ ਦੇ ਨਾਲ ਵਾਇਰਲ ਹੋ ਗਿਆ ਜਿਸ ਵਿੱਚ ਉਸ ਨੇ ਪਰੰਪਰਾਗਤ ਅਮੀਰਾਤੀ ਪਹਿਰਾਵਾ ਪਹਿਨਿਆ ਹੋਇਆ ਸੀ। ਗੱਲ ਇੱਥੇ ਹੀ ਅੜ ਜਾਂਦੀ ਹੈ ਕਿ ਜਿਹੜਾ ਉਸ ਨੇ ਪਹਿਰਾਵਾ ਪਹਿਨਿਆ ਹੋਇਆ ਸੀ ਇਸ ਦੇ ਚੱਕਰ 'ਚ ਉਹ ਅੱਜ ਏਡੀ ਵੱਡੀ ਮੁਸੀਬਤ ਦੇ ਵਿੱਚ ਫਸ ਗਿਆ ਕਿ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸਦੇ ਕਿ ਉਸ ਦੇ ਉੱਤੇ ਜਨਤਕ رائے ਨੂੰ ਭੜਕਾਉਣ ਅਤੇ ਜਨਤਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਸਮੱਗਰੀ ਪੋਸਟ ਕਰਨ ਦਾ ਦੋਸ਼ ਲਗਾਇਆ ਗਿਆ ਹੈ ਅਤੇ ਅਮੀਰ ਰਾਤੀ ਸਮਾਜ ਦਾ અપਮਾਨ ਕਰਨ ਵਾਲੀ ਸਮੱਗਰੀ ਪ੍ਰਕਾਸ਼ਿਤ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ। ਵੀਡੀਓ ਦੇ ਵਿੱਚ ਇਹ ਆਦਮੀ ਹਾਸਾ ਮਜ਼ਾਕ ਨਾਲ ਇਸ ਖੇਤਰ ਨਾਲ ਜੁੜਿਆ ਫਾਲਤੂ ਕਾਰ ਖਰੀਦਣ ਦੀ ਆਦਤਾਂ ਨਾਲ ਨਕਲ ਕਰਦਾ ਹੈ ਕਿ ਲੋਕ ਕਿਵੇਂ ਫालतू ਕਾਰਾਂ ਖਰੀਦੇ ਹਨ ਜਿਨ੍ਹਾਂ ਦੇ ਕੋਲ ਬਹੁਤ ਪੈਸਾ ਹੁੰਦਾ ਹੈ। ਇਸ ਆਦਮੀ ਨੇ ਪਰੰਪਰਾਗਤ ਇਮਾਰਤੀ ਪੁਸ਼ਾਕਾਂ ਵੀ ਪਹਿਨੀਆਂ ਹੋਈਆਂ ਹਨ ਅਤੇ ਉਹ ਇੱਕ ਲਗਜ਼ਰੀ ਕਾਰ ਦੇ ਸ਼ੋਰੂਮ ਦੇ ਵਿੱਚ ਦਾਖਲ ਹੁੰਦਾ ਹੈ। ਜਿਸ ਵਿੱਚ ਦੋ ਸਹਾਇਕ ਜੋ ਦੋ ਵਿਅਕਤੀ ਉਸ ਦੇ ਨਾਲ ਆਉਂਦੇ ਨੇ ਇੱਕ ਵੱਡੀ ਸਾਰੀ ਟਰੇਨ ਨਾਲ ਲੈ ਕੇ ਆਉਂਦੇ ਨੇ ਜਿਸ ਵਿੱਚ ਨਕਦੀ ਭਰੀ ਹੁੰਦੀ ਹੈ। ਜਦੋਂ ਅੰਦਰ ਐਂਟਰ ਕਰਦਾ ਹੈ ਤੇ ਆਪਣੇ ਲਹਿਜ਼ੇ ਦੇ ਵਿੱਚ ਉੱਥੇ ਦੇ ਮੌਜੂਦ ਓਨਰ ਨਾਲ ਗੱਲਬਾਤ ਕਰਨਾ ਸ਼ੁਰੂ ਕਰਦਾ ਹੈ ਜਿਸ ਵਿੱਚ ਉਹ ਉਸ ਨੂੰ ਮਹਿੰਗੀ ਤੋਂ ਮਹਿੰਗੀ ਕਾਰ ਦੇ ਖਾਨ ਦੀ ਗੱਲ ਕਰਦਾ ਹੈ। ਜਦੋਂ ਉਹ ਦਾ ਓਨਰ ਉਸ ਨੂੰ ਮਹਿੰਗੀ ਕਾਰ ਦਿਖਾਉਂਦਾ ਹੈ ਤਾਂ ਉਹ ਹਾਸੇ ਮਜ਼ਾਕ ਦੇ ਵਿੱਚ ਹਰ ਇੱਕ ਕਾਰ ਨੂੰ ਮਨ੍ਹਾ ਕਰ ਦਿੰਦਾ ਕਿ ਮੈਨੂੰ ਇਸ ਤੋਂ ਵੀ ਜ਼ਿਆਦਾ ਮਹਿੰਗੀ ਕਾਰ ਚਾਹੀਦੀ ਹੈ। ਉਸ ਦਾ ਓਨਰ ਅਲੱਗ-ਅਲੱਗ ਤਰੀਕੇ ਦੀਆਂ ਕਾਰਾਂ ਉਸ ਨੂੰ ਦਿਖਾਉਂਦਾ ਹੈ ਜੋ ਕਿ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਨੇ। ਸ਼ਿਰਾਰਤੀ ਜੀ ਮੁਸਕਰਾਹਟ ਦੇ ਨਾਲ ਉੱਚ ਉੱਚ ਕਹਿੰਦਾ ਕਿ ਮੈਨੂੰ ਮਹਿੰਗੀ ਕਾਰ ਚਾਹੀਦੀ ਹੈ ਭਾਈ ਅਤੇ ਕੁਝ ਸਕਿੰਟਾਂ ਵਿੱਚ ਇੱਕ ਰੋਲਸ ਰਾਇਸ ਮੇਂ 4 ਹਾਈ ਐਂਡ ਗੱਡੀਆਂ ਦਾ ਆਰਡਰ ਦਿੰਦੇ ਹੋਏ ਸਟੋਰ ਅਸਿਸਟੈਂਟ ਨੂੰ ਨਕਦੀ ਦੇ ਕੇ ਅੱਗੇ ਵੱਧਦਾ ਹੈ ਵੀਡੀਓ ਦਾ ਇਰਾਦਾ ਮਨੋਰੰਜਨ ਕਰਨਾ ਸੀ ਪਰ ਇਹ ਅਪਰਾਧ ਦਾ ਕਾਰਨ ਬਣ ਗਿਆ ਅਤੇ ਅਧਿਕਾਰੀਆਂ ਦੁਆਰਾ ਆਲੋਚਨਾ ਕੀਤੀ ਗਈ ਹੈ WASD ਰਿਪੋਰਟ ਦੇ ਵਿੱਚ ਇੱਕ ਦਲੀਲ ਦਿੱਤੀ ਗਈ ਹੈ ਕਿ ਵੀਡੀਓ ਵਿੱਚ ਅਮੀਰਾਤ ਦੇ ਨਾਗਰਿਕਾਂ ਨੂੰ અપਮਾਨਜਨਕ ਟੰਗ ਦੇ ਨਾਲ ਦਰਸਾਇਆ ਗਿਆ ਹੈ। ਪੈਸੇ ਦੀ ਕੀਮਤ ਲਈ ਬੇਵਕੂਫੀ ਅਤੇ ਪ੍ਰਸ਼ੰਸਾ ਦੀ ਘਾਟ ਨੂੰ ਦਰਸਾਇਆ ਗਿਆ ਹੈ। ਇਸ ਨੇ ਵੀਡੀਓ ਤੇ ਅਮੀਰਾਤੀ ਸਮਾਜ ਦਾ ਮਜ਼ਾਕ ਉਡਾਉਣ ਅਤੇ ਇਸ ਦੇ ਲੋਕਾਂ ਦੀ ਨਕਾਰਾਤਮਕ ਤਸਵੀਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਸੋ ਹੁਣ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਤੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਉਹਦੀ ਸਜ਼ਾ ਕਿੰਨੀ ਕੁ ਹੋਏਗੀ ਇਹ ਹਲੇ ਪਤਾ ਨਹੀਂ ਲੱਗਿਆ ਹੈ ਪਰ ਅਮੀਰਾਤੀ ਭਾਈ ਚਾਰੇ ਨੇ ਆਪਣੇ ਉੱਤੇ ਹੋਏ અપਮਾਨ ਕਰਕੇ ਉਸ ਨੂੰ ਇਹ ਗ੍ਰਿਫਤਾਰ ਕੀਤਾ ਹੈ ਸੋ ਆਪਾਂ ਅਕਸਰ ਐਸੀਆਂ ਵੀਡੀਓਜ਼ ਦੇਖਦੇ ਵੀ ਹਾਂ ਇਹ ਤਾਂ ਇੱਕ ਵੀਡੀਓ ਸੀਗੀ ਇਹ ਤਾਂ ਫੈਸਲਾ ਯੂਏਈ ਸਰਕਾਰ ਵੱਲੋਂ ਲਿਆ ਗਿਆ ਹੈ ਮੈਨੂੰ ਲੱਗਦਾ ਹੈ ਕਿ ਯੂਏਈ ਵਿੱਚ ਇਹ ਪਹਿਲਾ ਮਾਮਲਾ ਹੋਵੇਗਾ ਜਿੱਥੇ ਇਸ ਤਰ੍ਹਾਂ ਦੀ ਹਰਕਤ ਹੋਣ ਤੋਂ ਬਾਅਦ ਇਹੋ ਜਿਹਾ ਐਕਸ਼ਨ ਲਿਆ ਜਾਵੇਗਾ ਫਿਲਹਾਲ ਉਸ ਦੇਸ਼ ਦੇ ਵਿੱਚ ਬਹੁਤ ਸਾਰੇ ਐਕਸ਼ਨ ਲਏ ਜਾਂਦੇ ਨੇ ਜਦੋਂ ਵੀ ਕਿਤੇ ਕੋਈ ਗਲਤ ਹਰਕਤ ਹੁੰਦੀ ਹੈ ਇਸ وجہ ਦੇ ਨਾਲ ਵੀ ਦੁਬਈ ਦੇ ਵਿੱਚ ਕਾਫੀ ਸੇਫਟੀ ਹੋ ਸਿਕਿਉਰਿਟੀ ਵੀ ਹੈ ਜੇ ਮੈਂ ਗੱਲ ਕਰਾਂ ਭਾਰਤ ਦੀ ਤੇ ਪਾਰ ਦੇ ਵਿੱਚ ਆਪਾਂ ਰੋਜ਼ਾਨਾ ਹੀ ਐਸੀ ਵੀਡੀਓਜ਼ ਦੇਖਦੇ ਹਾਂ ਜੋ ਕਿਸੇ ਨਾ ਕਿਸੇ ਧਰਮ ਦੀ ਜਾਂ ਜਾਤ ਦੀ ਜਾਂ ਜਾਤ ਪਾਤ ਨੂੰ ਲੈ ਕੇ ਹਰ ਤਰੀਕੇ ਦਾ ਮਜ਼ਾਕ ਉਡਾਇਆ ਜਾਂਦਾ ਹੈ ਪਰ ਕੋਈ ਵੀ ਇਸ ਦੇ ਖਿਲਾਫ ਕਾਰਵਾਈ ਕਰਨ ਵਾਲਾ ਨਹੀਂ ਹੈ ਕੁਝ ਸਮਾਜ ਦੇ ਲੋਕ ਸ਼ਰਾਰਤੀ ਅੰਸ਼ ਜੇ ਆਪਾਂ ਕਹਿ ਸਕਦੇ ਹਾਂ ਸਮਾਜ ਦੇ ਵਿੱਚ ਮੌਜੂਦ ਕੁਝ ਸ਼ਰਾਰਤੀ ਅੰਸਰਾ ਵੱਲੋਂ ਐਸੀ ਹਰਕਤਾਂ ਰੈਗੂਲਰ ਕਿਤੇ ਆ ਜਾਂਦੀਆਂ ਨੇ ਪਰ ਉਹਨਾਂ ਦੇ ਖਿਲਾਫ ਕੋਈ ਐਸੀ ਕਾਰਵਾਈ ਨਹੀਂ ਹੁੰਦੀ ਕਿ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿੱਤਾ ਜਾਵੇ ਤੇ ਸਜ਼ਾ ਸੁਣਾਈ ਜਾਵੇ। ਭਾਰਤ ਦੇ ਵਿੱਚ ਇਸ ਚੀਜ਼ ਦੀ ਕਮੀ ਕਰਕੇ ਇਹ ਵਾਰਦਾਤਾ ਇਹ ਹਰਕਤਾਂ ਲਗਾਤਾਰ ਪਾਦੀਆਂ ਜਾਂਦੀਆਂ ਨੇ ਵੀਡੀਓਜ਼ ਦੀ ਗੱਲ ਕਰਾਂ ਤਾਂ ਵੀਡੀਓਜ਼ ਦਾ ਭਾਰਤ ਦੇ ਵਿੱਚ ਤਾਂ ਕੁਝ ਜ਼ਿਆਦਾ ਹੀ ਪ੍ਰਚਲਨ ਹੈ ਭਾਰਤ ਦੇ ਵਿੱਚ ਲੋਕ ਹਰ ਜਗ੍ਹਾ ਜਾਂਦੇ ਨੇ ਉੱਥੇ ਵੀਡੀਓਜ਼ ਬਣਾਉਂਦੇ ਨੇ ਤੇ ਪੋਸਟ ਕਰਦੇ ਨੇ ਸੋ ਐਸੀ ਵੀਡੀਓਜ਼ ਨੂੰ ਪੋਸਟ ਕੀਤਾ ਜਾਏ ਜੋ ਸਮਾਜ ਦੇ ਵਿੱਚ ਇੱਕ ਸਕਾਰਾਤਮਕ ਚੀਜ਼ ਨੂੰ ਪੈਦਾ ਕਰੇ ਨਾ ਕਿ ਨੈਗੇਟਿਵ ਚੀਜ਼ ਨੂੰ ਅਗਰ ਤੁਸੀਂ ਕਿਸੇ ਚੀਜ਼ ਦੇ ਮਜ਼ਾਕੀ ਵੀਡੀਓ ਵੀ ਬਣਾ ਰਹੇ ਹੋ ਤੇ ਉਸ ਨੂੰ ਸੋ ਸਮਝ ਕੇ ਬਣਾਓ ਕਿ ਤੁਸੀਂ ਕਿਸ ਚੀਜ਼ ਨੂੰ ਦਿਖਾ ਰਹੇ ਹੋ ਤੇ ਤੁਸੀਂ ਕੁਝ ਪਹਿਨਿਆ ਹੋਇਆ ਜਿਵੇਂ ਕਿ ਇਸ ਯੁਵਕ ਨੇ ਅਮੀਰਾਤੀ ਪਹਿਰਾਵਾ ਪਹਿਨੀ ਹੋਈ ਸੀ ਜਿਸ ਕਰਕੇ ਅਮੀਰਾਤੀ ਪਾਇ ਚਾਰੇ ਖਿਲਾਫ ਜਾਂ ਫਿਰ ਉਹਨਾਂ ਦਾ અપਮਾਨ ਹੋਇਆ ਉਹਨਾਂ ਨੂੰ ਮਹਿਸੂਸ ਹੋਇਆ ਜਿਸ ਕਰਕੇ ਕਾਰਵਾਈ ਸ਼ੁਰੂ ਹੋਈ ਹੈ ਸੋ ਜਦੋਂ ਵੀ ਐਸੀ ਵੀਡੀਓਸ ਬਣਾਉਂਦੇ ਆਂ ਤੇ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਇਸ ਵਿੱਚ ਕੋਈ ਵੀ ਜਾਤ ਪਾਤ ਧਰਮ ਦੀ ਗੱਲ ਜਾਂ ਫਿਰ ਕੋਈ ਹੋਰ ਐਸਾ ਮਸਲਾ ਐਡ ਨਾ ਹੋਵੇ ਜਿਸ ਕਰਕੇ ਤੁਹਾਨੂੰ ਕਿਸੇ ਗੱਲ ਦਾ ਜਾਂ ਫਿਰ ਕਿਸੇ ਚੀਜ਼ ਦਾ ਨੁਕਸਾਨ ਭੁਗਤਣਾ ਪਵੇ ਹੁਣ ਗੱਲ ਕਰਦੇ ਆ ਜੀ ਪੰਜਾਬ ਦੀ ਪੰਜਾਬ ਵਿਸ਼ਾ ਪੱਧਰ ਦੇ ਵਿੱਚ ਪੰਜਾਬ ਦਾ ਬਹੁਤ ਨਾਮ ਹੈ ਪੰਜਾਬੀ ਜਿੱਥੇ ਵੀ ਵਸਦੇ ਆ ਨਾ ਉਥੇ ਖੁਸ਼ਹਾਲੀ ਪੈਦਾ ਕਰ ਦਿੰਦੇ ਨੇ ਨਾਲ ਦੇ ਨਾਲ ਉਥੇ ਜਾ ਕੇ ਪੰਜਾਬ ਦਾ ਨਾਮ ਜ਼ਰੂਰ ਰੋਸ਼ਨ ਕਰਦੇ ਨੇ ਇਹੀ ਪੰਜਾਬੀਆਂ ਦੀ ਖਾਸੀਅਤ ਹੈ ਪੰਜਾਬ ਦੁਨੀਆ ਦੇ ਜਿਸ ਕੋਨੇ ਵਿੱਚ ਵੀ ਗਏ ਹਨ ਉੱਥੇ ਜਾ ਕੇ ਨਾਮ ਹੀ ਖਟਿਆ ਹੈ ਇਸੇ ਤਰ੍ਹਾਂ ਕੈਨੇਡਾ ਗਏ ਕੁਝ ਨੌਜਵਾਨਾਂ ਨੇ ਵੀ ਹਾਲੇ ਪਿਛਲੇ ਕੁਝ ਦਿਨਾਂ ਦੇ ਵਿੱਚ ਪੰਜਾਬੀਆ ਦਾ ਨਾਮ ਹੋਰ ਰੋਸ਼ਨ ਕਰ ਦਿੱਤਾ ਹੈ ਜੀ ਹਾਂ ਇਹ ਬਹੁਤ ਵੱਡੀ ਖੁਸ਼ਖਬਰੀ ਹੈ ਤੇ ਬਹੁਤ ਵੱਡੀ ਗੱਲ ਵੀ ਹੈ ਹਾਲਾਂਕਿ ਪੰਜਾਬ ਦੇ ਕਾਫੀ ਸਾਰੇ ਨੌਜਵਾਨ ਜੋ ਇਸ ਸਮੇਂ ਬਾਹਰ ਜਾ ਕੇ ਕਮਾਈਆ ਕਰ ਰਹੇ ਨੇ ਬਾਹਰ ਕਹਿੰਦਾ ਮਤਲਬ ਕਿ ਫੋਰਨ ਜਾ ਕੇ ਕੈਨੇਡਾ ਅਮਰੀਕਾ ਚ ਗਏ ਹੋਏ ਨੇ ਉੱਥੇ ਜਾ ਕੇ ਵੱਸ ਕੇ ਬਹੁਤ ਸਾਰੀਆਂ ਕਮਾਈਆ ਕਰ ਰਹੇ ਨੇ ਨਾਮ ਕੱਟ ਰਹੇ ਨੇ ਪੰਜਾਬ ਦੀ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਤੇ ਹੁਣ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਹਰ ਘਰ ਦੇ ਵਿੱਚ ਇੱਕ ਪੰਜਾਬੀ ਫੋਰਨ ਗਿਆ ਹੋਇਆ ਹੈ ਚੰਗੀ ਗੱਲ ਹੈ ਉੱਚੀਆ ਸਿੱਖਿਆ ਹਾਸਲ ਕਰਨ ਵਾਸਤੇ ਸਾਡੇ ਨੌਜਵਾਨ ਫੋਰਨ ਜਾਣ ਦਾ ਸ਼ੁਕੀਨ ਹਨ ਤੇ ਫੌਰਨ ਜਾ ਕੇ ਉੱਥੇ ਅਕੇ ਪੜ੍ਹਾਈ ਕਰਦੇ ਹਨ ਪਰ ਪੜ੍ਹਾਈ ਦੇ ਨਾਲ ਨਾਲ ਜਦੋਂ ਉਹ ਕੁਝ ਐਸਾ ਕੰਮ ਕਰਦੇ ਹਨ ਜਿਸ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਹੁੰਦਾ ਹੈ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ ਐਸੇ ਹੀ ਪੰਜ ਗੱਭਰੂ ਜਿਹੜੇ ਜਵਾਨ ਕੁੜੀਆਂ ਮੁੰਡੇ ਜਿਹੜੇ ਨੇ ਉਹਨਾਂ ਨੇ ਪੰਜਾਬੀਆਂ ਦਾ ਨਾਮ ਇੱਕ ਵਾਰ ਫਿਰ ਤੋਂ ਰੋਸ਼ਨ ਕਰ ਦਿੱਤਾ ਹੈ ਜੀ ਹਾਂ ਬਿਲਕੁਲ ਸਹੀ ਸੁਣ ਰਹੇ ਹੋ ਤੁਸੀਂ ਇਹ ਉਹ ਪੰਜ ਨੌਜਵਾਨ ਨੇ ਜਿਨ੍ਹਾਂ ਨੇ 30 ਸਾਲ ਦੀ ਘਾਟ ਉਮਰ ਦੇ ਵਿੱਚ ਐਸਾ ਬਿਜ਼ਨਸ ਬਣਾਇਆ ਕੈਨੇਡਾ ਦੇ ਵਿੱਚ ਜਿੱਥੇ ਉਹਨਾਂ ਨੂੰ ਇੱਕ ਬਹੁਤ ਆਸ ਬੋਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਪੰਜ ਨੌਜਵਾਨ ਕੋ ਨੇ ਪੰਜਾਬ ਦੇ ਇਹ ਵੀ ਮੈਂ ਤੁਹਾਨੂੰ ਦੱਸੂਗੀ ਇਸ ਦੇ ਨਾਲ ਕਿਸ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਹਾਲੀ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ ਉਦਯੋਗ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਹੈ BC ਬਿਜ਼ਨਸ ਉਹਦਾ ਵੱਲੋਂ 30 ਅੰਡਰ 30 ਯੰਗ ਲੀਡਰਸ ਯਾਨੀ ਕਿ 30 ਅੰਡਰ 30 ਯੰਗ ਲੀਡਰਸ 2023 ਦਾ ਜੇਤੂ ਆਦਾਇ ਨਾਮ ਦਾ ਐਲਾਨ ਕੀਤਾ ਗਿਆ ਸੀ ਜਿਨ੍ਹਾਂ ਦੇ ਵਿੱਚ ਪੰਜ ਪੰਜ ਨੌਜਵਾਨ ਪੰਜਾਬ ਦੇ ਸ਼ਾਮਿਲ ਸਨ ਇਸ ਵਿੱਚ ਤਿੰਨ ਪੰਜਾਬਨਾ ਤੇ ਦੋ ਪੰਜਾਬੀ ਮੁੰਡੇ ਸ਼ਾਮਿਲ ਹਨ ਬੀਸੀ ਬਿਜ਼ਨਸ ਜੋ ਇਹ ਅਵਾਰਡ ਦਿੰਦੀ ਹੈ ਉਹਨਾਂ ਦੇ ਵੱਲੋਂ 30 ਸਾਲ ਤੋਂ ਘੱਟ ਉਮਰ ਦੇ ਉਹਨਾਂ 32 ਨੌਜਵਾਨ ਮੁੰਡੇ ਕੁੜੀਆਂ ਨੂੰ ਇਹ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਉਦਯੋਗ ਖੇਤੀਬਾੜੀ ਟੈਕਨੋਲੋਜੀ ਸਿੱਖਿਆ ਇਨਵੈਂਸ਼ਨ ਦੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਪਾਇਆ ਹੋਵੇ ਪੰਜਾਬੀਆਂ ਦੀ ਗੱਲ ਕਰਨੀ ਹੈ ਤੇ ਸਭ ਤੋਂ ਜ਼ਿਆਦਾ ਪੰਜਾਬੀ ਜਿਹੜੇ ਨੇ ਕੈਨੇਡਾ ਗਏ ਹੋਏ ਨੇ ਤੋਂ ਕੈਨੇਡਾ ਦੇ ਵਿੱਚ ਬਸੇ ਪੰਜਾਬੀਆਂ ਨੂੰ ਹਮੇਸ਼ਾ ਇਸ ਗੱਲ ਦੀ ਦਿੱਕਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕਿ ਕੈਨੇਡਾ ਦੇ ਵਿੱਚ ਸਭ ਤੋਂ ਸੁਰੱਖਿਤ ਤੇ ਸਭ ਤੋਂ ਵਧੀਆ ਸ਼ਹਿਰ ਕਿਹੜਾ ਹੈ ਜਿੱਥੇ ਜਾ ਕੇ ਉਹ ਆਰਾਮ ਦੇ ਨਾਲ ਰਹਿ ਸਕਣ ਇਸੇ ਗੱਲ ਦੀ ਟੈਨਸ਼ਨ ਉਹਨਾਂ ਨੂੰ ਕਈ ਵਾਰ ਰਹਿੰਦੀ ਹੈ ਜਿਸ ਕਰਕੇ ਕਈ ਵਾਰ ਉਹ ਐਸੇ ਇਲਾਕਿਆਂ ਦੇ ਵਿੱਚ ਵੀ ਚਲੇ ਜਾਂਦੇ ਹਨ ਜੋ ਕਿ ਸੁਰੱਖਿਤ ਨਹੀਂ ਹੁੰਦੇ ਕੈਨੇਡਾ ਹੋ ਗਿਆ ਅਮਰੀਕਾ ਇਹਨਾਂ ਦੇ ਵਿੱਚ ਅਕਸਰ ਗੋਲੀਆਂ ਦੀਆਂ ਖਬਰਾਂ ਆਪਾਂ ਸੁਣਦੇ ਹਾਂ ਗੋਲੀਬਾਰੀ ਇੱਥੇ ਹੋਣਾ ਇੱਕ ਆਮ ਗੱਲ ਹੋ ਚੁੱਕੀ ਹੈ ਪੰਜਾਬ ਦੇ ਵਿੱਚ ਤਾਂ ਮਾਹੌਲ ਖਰਾਬ ਹੈ ਹੀ ਹੈ ਇੱਥੇ ਤੱਕ ਕਿ ਕੈਨੇਡਾ ਅਮਰੀਕਾ ਦੇ ਵਿੱਚ ਹਰ ਚੌਥੇ ਦਿਨ ਹਰ ਦੂਜੇ ਤੀਜੇ ਦਿਨ ਗੈਲਵਾ ਮੈਂ ਕਿ ਗੋਲੀਆਂ ਚੱਲਦੀ ਆਵਾਜ਼ ਆਉਂਦੀ ਹੈ ਗੋਲੀਆਂ ਚੱਲਦੀਆਂ ਨੇ ਦੇ ਮੋਤਾਂ ਹੋ ਜਾਂਦੀਆਂ ਨੇ ਇੱਥੇ ਨਸ਼ਾ ਵੀ ਬਹੁਤ ਵੱਧ ਚੁੱਕਿਆ ਹੈ ਪਰ ਇੱਥੇ ਕੋਈ ਰੋਕਥਾਮ ਨਹੀਂ ਹੈ ਇਸ ਕਰਕੇ ਕੈਨੇਡਾ ਵਸੇ ਹੋਏ ਸਾਡੇ ਪੰਜਾਬੀ ਕਈ ਵਾਰ ਇਸ ਗਲ ਦੇ ਸ਼ਿਕਾਰ ਵੀ ਹੋ ਜਾਂਦੇ ਨੇ ਇਨ੍ਹਾਂ ਵਾਰਦਾਤਾ ਦੇ ਸ਼ਿਕਾਰ ਵੀ ਹੋ ਜਾਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਬਹੁਤ ਸਾਰੇ ਸਾਡੇ ਕੈਨੇਡਾ ਦੇ ਵਿੱਚ ਵਸੇ ਹੋਏ ਭੈਣ ਭਰਾ ਔਰ ਬਹੁਤ ਸਾਡੇ ਪੰਜਾਬੀ ਲੋਕ ਜਿਹੜੇ ਨੇ ਇਸ ਗੱਲ ਤੋਂ ਬਹੁਤ ਡਰ ਵੀ ਹੋਏ ਨੇ ਇਸੇ ਕਰਕੇ ਹਮੇਸ਼ਾ ਹੀ ਉਹ ਇੱਕ ਐਸੇ ਸ਼ਹਿਰ ਦਾ ਚੇਨ ਕਰਨਾ ਚਾਹੁੰਦੇ ਨੇ ਜੋ ਕਿ ਬਹੁਤ ਵਧੀਆ ਹੋਵੇ ਸਿਰ ਪੰਜਾਬੀ ਨਹੀਂ ਹਰ ਕਿਸੇ ਦੇ ਲਈ ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ ਪਤਾ ਹੋਵੇ ਕਿ ਅਗਰ ਉਹ ਕੈਨੇਡਾ ਦੇ ਵਿੱਚ ਜਾ ਰਹੇ ਨੇ ਤੇ ਉਹ ਕਿਸ ਸ਼ਹਿਰ ਦੇ ਵਿੱਚ ਰੁਕਣ ਤੇ ਕਿੱਥੇ ਜਾ ਕੇ ਉਹ ਆਪਣਾ ਵਸੇਰਾ ਲਗਾ ਸਕਦੇ ਹਨ ਇਸੇ ਨੂੰ ਲੈ ਕੇ ਹੁਣ ਇੱਕ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੈਨੇਡਾ ਦੇ ਕੁਝ ਸ਼ਹਿਰ ਦੱਸੇ ਗਏ ਹਨ ਜੋ ਕਿ ਸੁਰੱਖਿਤ ਨਹੀਂ ਹਨ ਤੇ ਇਹ ਗੱਲ ਮੈਂ ਤੁਹਾਨੂੰ ਵੀ ਦੱਸੂਗੀ ਕਿ ਕਿਹੜੇ-ਕਿਹੜੇ ਸ਼ਹਿਰ ਨੇ ਜਿਹੜੇ ਕੈਨੇਡਾ ਦੇ ਵਿੱਚ ਸੁਰੱਖਿਤ ਨਹੀਂ ਹਨ ਤੇ ਜਿਨ੍ਹਾਂ ਦੇ ਵਿੱਚ ਰਹਿਣਾ ਸੌਖਾ ਨਹੀਂ ਹੈ ਤੇ ਕਿਹੜੇ ਸ਼ਹਿਰ ਪਹਿਲੇ اور ਦੂਜੇ ਨੰਬਰ ਦੇ ਵਿੱਚ ਆਉਂਦੇ ਨੇ ਜੋ ਕਿ ਬਹੁਤ ਸੁਰੱਖਿਤ ਹਨ ਸੋ ਸਭ ਤੋਂ ਪਹਿਲਾਂ ਨਾਮ ਆਸੀ ਲੈਨੇ ਆ ਜੀ ਵਿਨੀਪੈਗ ਦਾ ਵਿਨੀਪੈਗ ਦੇ ਨਾਲ ਕੈਲੋਆਨਾ ਤੇ ਥੰਡਰਬੇ ਇਹ ਬਿਲਕੁਲ ਵੀ ਸੁਰੱਖਿਤ ਸ਼ਹਿਰ ਨਹੀਂ ਹਨ ਇਸ ਗੱਲ ਦਾ ਖੁਲਾਸਾ ਇੱਕ ਸਾਈਟ ਵੱਲੋਂ ਕੀਤਾ ਗਿਆ ਹੈ ਜੋ ਰੈਂਟ ਦੇ ਉੱਤੇ ਘਰ ਮੋਹਿਆ ਕਰਵਾਉਂਦੀ ਹੈ ਇਸ ਸਾਈਟ ਨੇ ਇਸ ਗੱਲ ਦਾ ਸਰਵੇਖਣ ਕੀਤਾ ਤੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਇਹ ਤਿੰਨ ਸ਼ਹਿਰ ਕੈਨੇਡਾ ਦੇ ਸੁਰੱਖਿਤ ਨਹੀਂ ਹਨ ਸੇਫਟੀ ਇੰਡੈਕਸ ਦੇ ਹਿਸਾਬ ਦੇ ਨਾਲ 온ਟਾਰੀਓ ਦੇ ਸ਼ਹਿਰਾਂ ਵਿੱਚ ਬੈਰੀ ਸਭ ਤੋਂ ਜ਼ਿਆਦਾ ਸੁਰੱਖਿਤ ਹੈ ਦਰਅਸਲ ਕੈਨੇਡੀਅਨ ਸ਼ਹਿਰਾਂ ਦੀ ਸੇਫਟੀ ਤੇ ਸਿਕਿਉਰਿਟੀ ਸੰਬੰਧੀ ਨਵਾਂ ਡਾਟਾ ਜਾਰੀ ਕੀਤਾ ਗਿਆ ਹੈ ਸਾਈਟ ਰੈਂਟੋਲਾ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਹ ਡਾਟਾ ਕੈਨੇਡੀਅਨ ਨਾਗਰਿਕਾਂ ਦੀ ਮਦਦ ਲਈ ਜਾਰੀ ਕੀਤਾ ਗਿਆ ਹੈ ਤਾਂ ਕਿ ਰਹਿਣ ਲਈ ਥਾਂ ਚੁਣਨ ਤੋਂ ਪਹਿਲਾਂ ਉਹਨਾਂ ਨੂੰ ਉੱਥੇ ਬਾਰੇ ਥੋੜੀ ਜਾਣਕਾਰੀ ਹੋਵੇ ਸੋ ਹਰ ਜਗ੍ਹਾ ਰਹਿਣ ਦੇ ਵਾਸਤੇ ਸਾਨੂੰ ਅਨੋਲਜ ਹੋਣਾ ਬਹੁਤ ਜ਼ਰੂਰੀ ਹੈ ਕਿ ਆਪਾਂ ਜਿੱਥੇ ਰਹਿ ਰਹੇ ਹਾਂ ਉਹ ਕਿੰਨੀ ਕੁ ਸੇਫ ਜਗਾ ਹੈ ਤੁਹਾਨੂੰ ਆ ਵੀ ਦੱਸ ਦਵਾਂ ਕਿ ਇਸ ਸਾਈਟ ਵੱਲੋਂ ਕੈਨੇਡੀਅਨ ਸ਼ਹਿਰਾਂ ਦੀ ਸੇਫਟੀ ਸੰਬੰਧੀ ਵੱਖ-ਵੱਖ ਕਾਰਕਾਂ ਨੂੰ ਧਿਆਨ ਦੇ ਵਿੱਚ ਰੱਖਿਆ ਗਿਆ ਜਿਨ੍ਹਾਂ ਵਿੱਚ ਪੁਲਿਸ ਫੋਰਸ, ਐਮਰਜੈਂਸੀ ਰਿਸਪੌਂਸ ਸਿਸਟਮ ਤੇ ਕਮਿਊਨਿਟੀ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮ ਲਈ ਕੀਤੀਆਂ ਜਾਣ ਵਾਲੀਆਂ ਪਹਿਲ ਕਦਮੀਆਂ ਆਦੀ ਸ਼ਾਮਲ ਹਨ ਸੇਫਟੀ ਇੰਡੈਕਸ ਦੇ ਸਾਹਮਣੇ ਨਾਲ অন্ਟਾਰੀਓ ਦੇ ਸ਼ਹਿਰਾਂ ਵਿੱਚ ਬੈਰੀ ਨੂੰ ਸਭ ਤੋਂ ਜ਼ਿਆਦਾ ਸੁਰੱਖਿਤ ਮੰਨਿਆ ਗਿਆ ਹੈ ਅਤੇ ਇਹ ਸਭ ਤੋਂ ਸੁਰੱਖਿਤ ਸ਼ਹਿਰ ਦਾ ਦਰਜਾ ਵੀ ਹਾਸਲ ਕਰ ਚੁੱਕਿਆ ਹੈ ਉਸ ਨੂੰ 10 ਵਿੱਚੋਂ 7.13 ਅੰਕ ਮਿਲੇ ਹਨ ਦੂਸਰੀ ਨੰਬਰ ਤੇ ਗੱਲ ਕਰਾਂ ਟੋਰਾਂਟੋ ਸ਼ਾਇਰ ਦੀ ਇਸ ਨੂੰ 6.63 ਦੀ ਰੇਟਿੰਗ ਨਾਲ ਚੌਥੇ ਸਥਾਨ ਦੇ ਉੱਤੇ ਰੱਖਿਆ ਗਿਆ ਹੈ ਬਹੁਤ ਸਾਰੇ ਲੋਕ ਟੋਰਾਂਟੋ ਸ਼ਾਇਰ ਦੇ ਵਿੱਚ ਵਸੇ ਹੋਏ ਹਨ ਇਸ ਤੋਂ ਇਲਾਵਾ ਬ੍ਰੈਂਡਫੋਰ ਦੂਜੇ ਤੇ ਗੁਐਲਫ ਤੀਜੇ ਸਥਾਨ ਦੇ ਉੱਤੇ ਆ ਰਿਹਾ ਹੈ ਪਹਿਲੇ 10 ਸੁਰੱਖਿਅਤ ਸ਼ਹਿਰਾਂ ਵਿੱਚੋਂ ਦੋ ਸ਼ਹਿਰ ਸੈਂਟ ਜੋਨਸ ਨਿਊ ਬਰੰਜ਼ਵਿਕ ਤੇ ਲੈਥਬ੍ਰਿਜ਼ ਅਲਬਰਟਾ ਵਿੱਚ ਸੋ ਇਸ ਤਰ੍ਹਾਂ ਦਾ ਡਾਟਾ ਜਦੋਂ ਜਾਰੀ ਕੀਤਾ ਜਾਂਦਾ ਹੈ ਤੇ ਇਹ ਬਹੁਤ ਚੰਗਾ ਹੁੰਦਾ ਹੈ ਉਹਨਾਂ ਲੋਕਾਂ ਦੇ ਲਈ ਜੋ ਕਿ ਆਪਣੀ ਸੇਫਟੀ ਦੇ ਲਈ ਬਹੁਤ ਸੁਰੱਖਿਤ ਘਰ ਲੱਭਦੇ ਹਾਲ ਜਾਂ ਫਿਰ ਇੱਕ ਐਸੀ ਜਗ੍ਹਾ ਦੀ ਸਰਚ ਦੇ ਵਿੱਚ ਹੁੰਦੇ ਹਨ ਜੋ ਉਹਨਾਂ ਨੂੰ ਸਹੀ ਚੀਜ਼ ਮੁਹੱਈਆ ਕਰਾ ਸਕਣ ਐਸਾ ਡਾਟਾ ਜਾਰੀ ਕਰਕੇ ਇਸ ਸਾਈਟ ਕੈਨੇਡੀਅਨ ਨਾਗਰਿਕਾਂ ਨੂੰ ਇੱਕ ਸੇਫਟੀ ਦੇਣਾ ਚਾਹੁੰਦੀ ਹੈ ਕਿ ਲੋਕ ਇਸ ਗੱਲ ਤੋਂ ਬੇਖੋਫ ਰਹਿਣ ਕਿ ਉਹ ਕਿਸੇ ਗਲਤ ਜਾਂ ਫਿਰ ਅਸੁਰੱਖਿਅਤ ਜਗ੍ਹਾ ਦੇ ਵਿੱਚ ਨਾ ਜਾਣ ਗੱਲ ਕਰੀਏ ਭਾਰੀ ਮੀਂਹ ਦੀ ਜਿਸ ਨੇ ਸਾਰੇ ਪਾਸੇ ਤਬਾਹੀ ਮਚਾਈ ਹੋਈ ਹੈ ਪੰਜਾਬ ਦੇ ਵਿੱਚ ਇਹ ਹੜ੍ਹ ਕਾਫੀ ਸਾਲਾਂ ਬਾਅਦ ਦੇਖਣ ਨੂੰ ਮਿਲਿਆ ਲੋਕਾਂ ਦਾ ਇਹ ਕਹਿਣਾ ਹੈ ਇਹੋ ਜਿਹੜਾ ਹੜ੍ਹ ਬਹੁਤ ਸਾਲ ਪਹਿਲਾਂ ਆਇਆ ਸੀ ਉਸ ਤੋਂ ਬਾਅਦ ਹੁਣ ਇਸ ਦਾ ਦੁਬਾਰਾ ਰੂਪ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡ ਪਾਣੀ ਦੇ ਵਿੱਚ ਡੁੱਬ ਚੁੱਕੇ ਹਨ ਲੋਕਾਂ ਦੇ ਘਰ ਦੇ ਘਰ تباہ ਹੋ ਚੁੱਕੇ ਹਨ ਸਕੂਲਾਂ ਦੇ ਵਿੱਚ ਛੁੱਟਿਆ ਦਾ ਐਲਾਨ ਹੋ ਚੁੱਕਿਆ ਹੈ ਕਈ ਜਗ੍ਹਾ ਬਿਜਲੀ ਠੱਪ ਹੋ ਚੁੱਕੀ ਹੈ ਕਈ ਜਗ੍ਹਾ ਗੱਡੀਆਂ ਰੁੜ ਚੁੱਕੀਆਂ ਹਨ ਕਈ ਜਗ੍ਹਾ ਖੇਤਾਂ ਦੀ ਫਸਲਾਂ ਖਰਾਬ ਹੋ ਚੁੱਕੀਆਂ ਹਨ ਬਹੁਤ ਵੱਡਾ ਨੁਕਸਾਨ ਇਸ ਤਾਈ ਪੰਜਾਬ ਦੇ ਵਿੱਚ ਲੋਕਾਂ ਨੂੰ ਚਲਣਾ ਪੈ ਰਿਹਾ ਹੈ ਇਸ ਲਈ ਸਰਕਾਰਾਂ ਅੱਗੇ ਵੀ ਆ ਰਹੀਆਂ ਹਨ ਬਹੁਤ ਜ਼ਿਆਦਾ ਮਦਦ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਹੈ ਫੌਜ ਦੀ ਫੌਜ ਲੋਕਾਂ ਦੀ ਮਦਦ ਕਰ ਰਹੀ ਹੈ ਲੋਕਾਂ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਲੋਕਾਂ ਤੱਕ ਖਾਣਾ ਪਹੁੰਚਾਇਆ ਜਾ ਰਿਹਾ ਹੈ ਇਹ ਹਾਲਾਤ ਬਣ ਚੁੱਕੇ ਹੈ ਪੰਜਾਬ ਦੇ ਪੰਜਾਬ ਦੇ ਵਿੱਚ ਤੀਜੇ ਦਿਨ ਵੀ ਹੜ੍ਹਾਂ ਦੀ ਤਬਾਹੀ ਦਾ ਦੌਰ ਜਾਰੀ ਰਿਹਾ ਅਤੇ ਮੰਗਲਵਾਰ ਖਤਮ ਹੋਣ ਤੱਕ ਸੂਬੇ ਵਿੱਚ 10 ਵਿਅਕਤੀਆਂ ਦੀ ਮੌਤ ਦੀ ਅਧਿਕਾਰਿਤ ਪੁਸ਼ਟੀ ਵੀ ਕੀਤੀ ਗਈ ਹੈ ਜਦਕਿ ਵੀਕਰ ਟੈ ਟੈਰੀ ਹੋ ਗਏ ਸਰਕਾਰੀ ਅਧਿਕਾਰੀਆਂ ਦੇ ਮੁਤਾਬਿਕ ਪਿਛਲੇ ਦਿਨਾਂ ਦੌਰਾਨ ਲੋਕਾਂ ਦੇ ਕਈ ਥਾਈਂ ਦਰਜਨਾ ਪਸ਼ੂ ਵਹਿ ਗਏ ਨੇ ਅਤੇ ਬਿਜਲੀ ਪਾਣੀ ਦੀ ਸੇਵਾਵਾਂ ਵੀ ਪੂਰੀ ਤਰ੍ਹਾਂ ਠੱਪ ਹੋ ਗਈਆਂ ਮੌਸਮ ਦੇ ਸਾਫ਼ ਹੋਣ ਤੋਂ ਬਾਅਦ ਸਿਵਲ ਪ੍ਰਸ਼ਾਸਨ ਨੇ ਫੌਜ ਅਤੇ ਐਨਡੀਆਰਐਫ ਤੇ ਸਥਾਨਕ ਲੋਕਾਂ ਨਾਲ ਮਿਲ ਕੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰ ਦਿੱਤਾ ਮੌਸਮ ਫਿਲਹਾਲ ਦੋ ਦਿਨਾਂ ਦੇ ਇਨਸਾਫ ਹੈ ਪਰ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰਾ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇਸ ਤੋਂ ਪਹਿਲਾਂ ਕਿ ਬਾਰਿਸ਼ ਹੋਵੇ ਫੌਜ ਵੱਲੋਂ ਐਨਡੀਆਰਐਫ ਵੱਲੋਂ ਆਪਣਾ ਕੰਮ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਤਾਂ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਉਹ ਸਹੂਲਤਾਂ ਦਿੱਤੀਆਂ ਜਾਣ ਜੋ ਉਹਨਾਂ ਨੂੰ ਇਸ ਸਮੇਂ ਜ਼ਰੂਰਤ ਹੈ ਭਾਵੇਂ ਕਿ ਪੰਜਾਬ ਸਰਕਾਰ ਦੇ ਵਿਧਾਇਕ ਮੰਤਰੀ ਅਤੇ ਖੁਦ ਮੁੱਖ ਮੰਤਰੀ ਮੈਦਾਨ ਉਤਰੇ ਹੋਏ ਹਨ ਪਰ ਲੋਕਾਂ ਦੀ ਬਾਹ ਫੜਨ ਦੀ ਗੱਲ ਕਹਿ ਰਹੇ ਹਨ ਪਰ ਹੜਾ ਨਾਲ ਹੋਈ ਤਬਾਹੀ ਦਾ ਅੰਦਾਜ਼ਾ ਲਗਾਉਣਾ ਅਜੇ ਤੱਕ ਮੁਸ਼ਕਲ ਹੈ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਵਰਗੇ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਦੇ ਮੰਜ਼ਰ ਸਾਹਮਣੇ ਆ ਰਹੇ ਹਨ ਉੱਤਰੀ ਭਾਰਤ ਵਿੱਚ ਇਸ ਵਾਰ ਰਿਕਾਰਡ ਤੋੜ ਬਰਸਾਤ ਹੋਈ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਪਿੰਡ ਵਿੱਚ ਪਾਣੀ ਵਿੱਚ ਡੁੱਬ ਗਏ ਹਨ ਹਾਲਾਤ ਅਜੇ ਹੁਣ ਕੀ ਲੋਕ ਆਪਣਾ ਸਮਾਨ ਲੈ ਕੇ ਸੁਰੱਖਿਤ ਥਾਵਾਂ ਵੱਲ ਜਾ ਰਹੇ ਹਨ ਬਹੁਤ ਸਾਰੇ ਲੋਕਾਂ ਨੇ ਆਪਣਾ ਸਮਾਨ ਚੱਕ ਕੇ ਘਰਾਂ ਦੀ ਛੱਤਾਂ ਦੇ ਉੱਤੇ ਰੱਖ ਦਿੱਤਾ ਹੈ ਬਹੁਤ ਸਾਰੇ ਲੋਕ ਇਹੋ ਜਿਹੇ ਹਨ ਜਿਨ੍ਹਾਂ ਦੇ ਘਰ ਦੇ ਵਿੱਚ ਪਾਣੀ ਵੜ ਗਿਆ ਹੈ ਅਤੇ ਉਹਨਾਂ ਦਾ ਸਾਰਾ ਸਮਾਨ ਖਰਾਬ ਹੋ ਚੁੱਕਿਆ ਹੈ ਇੰਨੀ ਮਿਹਨਤ ਔਰ ਇਨੇ ਪਿਆਰ ਦੇ ਨਾਲ ਜਦੋਂ ਅਸੀਂ ਕਿਸੇ ਚੀਜ਼ ਨੂੰ ਬਣਾਉਂਦੇ ਹਾਂ ਤੇ ਬਹੁਤ ਚੰਗਾ ਲੱਗਦਾ ਹੈ ਪਰ ਇਹ ਸਭ ਜਦੋਂ ਪ੍ਰਕਿਰਤਿਕ ਆਪਤਾ ਦੇ ਹੱਥ ਚੜ ਜਾਂਦੀਆਂ ਨੇ ਤੇ ਬਹੁਤ ਬੁਰਾ ਵੀ ਲੱਗਦਾ ਹੈ ਦਿਲ ਟੁੱਟ ਜਾਂਦਾ ਹੈ ਐਸੇ ਹੀ ਬਹੁਤ ਸਾਰੀਆਂ ਵੀਡੀਓਜ਼ ਅਸੀਂ ਲਗਾਤਾਰ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਇਹ ਮੰਜ਼ਰ ਪੰਜਾਬ ਦੇ ਵਿੱਚ ਹੀ ਨਹੀਂ ਉਤਰਾਖੰਡ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਹੁਤ ਸਾਰੇ ਘਰ ਟੈਟੇਰੀ ਹੋ ਗਏ ਨੇ ਇੱਥੇ ਤਾਂ ਕਿ ਇੱਕ ਘਰ ਖੜੇ ਖੜੇ ਟੈਟੇਰੀ ਹੋ ਗਿਆ ਜਿਸ ਵਿੱਚ ਮੌਜੂਦ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਬਹੁਤ ਮਿਹਨਤ ਸਦਕਾ ਉਹਨਾਂ ਨੇ ਆਪਣੇ ਇਸ ਘਰ ਨੂੰ ਬਣਾਇਆ ਸੀ ਜੋ ਅੱਜ ਪ੍ਰਕਿਰਤਿਕ ਆਪਤਾ ਦੇ ਪੇਟ ਚੜ ਗਿਆ ਹੈ ਗੱਲ ਕਰੀਏ ਕਿ ਆਖਿਰ ਇੰਨਾ ਮੀਂਹ ਪੈ ਕਿਉਂ ਰਿਹਾ ਹੈ ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਨਰੇਸ਼ ਕੁਮਾਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਪਾਰੀਮੀ ਦਾ ਮੁੱਖ ਕਾਰਨ ਹੈ ਕਿ ਭਾਰੀ ਪੱਛਮੀ ਗੜਬਨ ਦਿੱਲੀ ਦੇ ਵੀ ਮੌਸਮ ਵਿਗਿਆਨੀਆਂ ਨੇ ਵੀ ਇਸ ਗੱਲ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਅਗਲੇ 2 ਦਿਨਾਂ ਤੱਕ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਹੁਣ ਮੈਂ ਗੱਲ ਕਰਦੀ ਹਾਂ ਜੀ ਭਾਰੀ ਮੀਂਹ ਕਰਕੇ ਵੱਧਦੇ ਹੋਏ ਸਬਜ਼ੀਆਂ ਦੇ ਪਾਦੇ। ਲਗਾਤਾਰ ਪਾਣੀ ਪੈਨ ਕਰਕੇ ਸਬਜ਼ੀਆਂ ਦੇ ਭਾਅ ਵੱਧ ਗਏ ਜਿਸ ਵਿੱਚ ਟਮਾਟਰ ਜਿਸ ਦੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਤੇ ਅਕਸਰ ਇਹ ਟਮਾਟਰ ਹੁਣ ਸੁਰਖਿਆ ਦੇ ਵਿੱਚ ਰਹਿੰਦਾ ਹੈ ਟਮਾਟਰ ਦੀ ਚਰਚਾ ਹਰ ਜਗ੍ਹਾ ਹੁੰਦੀ ਹੈ ਤੁਹਾਨੂੰ ਦੱਸਦੀ ਕਿ ਟਮਾਟਰ ਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੀ ਵੀਡੀਓਜ਼ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ ਟਮਾਟਰ ਦੀ ਕੀਮਤ ਨਾਲ ਹੁਣ ਲੋਕਾਂ ਦਾ ਪਾਰਾ ਵੀ ਵੱਧਾ ਜਾ ਰਿਹਾ ਹੈ ਨਿਤ ਦਿਨ ਵੱਧਦੇ ਭਾਅ ਲੋਕਾਂ ਦੇ ਘਰ ਨੂੰ ਵੀ ਖਰਾਬ ਕਰਨ ਲੱਗੇ ਨੇ ਰਸੋਈ ਦਾ ਬਜਟ ਦੇ ਖਰਾਬ ਕਰਦੇ ਸੀ ਹੁਣ ਘਰ ਦੇ ਹਾਲਾਤ ਵੀ ਖਰਾਬ ਕਰਨ ਲੱਗੇ ਨੇ ਐਸਾ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਵਿੱਚੋਂ ਸਾਹਮਣੇ ਆਇਆ ਹੈ ਇੱਥੇ ਇੱਕ ਔਰਤ ਆਪਣੇ ਪਤੀ ਨੂੰ ਛੱਡ ਕੇ ਚਲੇ ਜਾਂਦੀ ਹੈ ਸਿਰਫ ਔਰ ਸਿਰਫ ਟਮਾਟਰ ਕਰਕੇ ਕੋ ਟਮਾਟਰ ਕਰਕੇ ਕੌਣ ਆਪਣੇ ਘਰ ਨੂੰ ਛੱਡ ਕੇ ਜਾਂਦਾ ਹੈ ਜੀ ਹਾਂ ਪਰ ਇਹ ਗੱਲ ਸੱਚ ਹੈ ਇੱਥੇ ਇੱਕ ਪਤਨੀ ਆਪਣੇ ਪਤੀ ਨੂੰ ਛੱਡ ਕੇ ਆਪਣੇ ਭੈਣ ਦੇ ਘਰ ਚਲੇ ਜਾਂਦੀ ਹੈ ਇਸ ਦੀ ਵਜ੍ਹਾ ਇਹ ਦੱਸਿਆ ਜਾਂਦਾ ਹੈ ਕਿ ਉਸ ਦੇ ਪਤੀ ਨੇ ਟਮਾਟਰ ਦਾ ਇਸਤੇਮਾਲ ਕਰ ਲਿਆ ਸੀ ਜੀ ਹਾਂ ਉਸ ਦਾ ਪਤੀ ਇੱਕ ਟਾਬੇ ਵਿੱਚ ਕੰਮ ਕਰਦਾ ਹੈ ਤੇ ਟਾਬੇ ਦੇ ਵਿੱਚ ਉਸ ਨੇ ਸਬਜ਼ੀਆਂ ਦੇ ਵਿੱਚ ਟਮਾਟਰ ਦਾ ਇਸਤੇਮਾਲ ਕਰ ਲਿਆ ਇਸ ਕਰਕੇ ਪਤਨੀ ਖਫਾ ਹੋ ਗਈ ਔਰ ਖਫਾ ਹੋ ਕੇ ਆਪਣੀ ਛੋਟੀ ਜੀ ਬੱਚੀ ਨੂੰ ਲੈ ਕੇ ਆਪਣੇ ਭੈਣ ਦੇ ਘਰ ਚਲੀ ਗਈ ਪਹਿਲਾ ਤਾਂ ਪਤੀ ਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਉਸ ਦੀ ਪਤਨੀ ਕਿਉਂ ਗਈ ਹੈ ਜਦੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਸਿਰਫ ਔਰ ਸਿਰਫ ਟਮਾਟਰਾਂ ਤੋਂ ਨਾਰਾਜ਼ ਹੋ ਕੇ ਉਸ ਨਾਲ ਲੜ ਕੇ ਆਪਣੀ ਭੈਣ ਦੇ ਘਰ ਚਲੀ ਗਈ ਹੈ ਜਦੋਂ ਉਸ ਨੇ ਉਸ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਉਹ ਵਾਪਸ ਨਹੀਂ ਆਈ ਐਸਨਾਲੀ ਫਿਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕੀਤੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਦੋਵਾਂ ਦੇ ਵਿੱਚ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਫਿਲਹਾਲ ਪਤਨੀ ਦਾ ਇਹ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਨਾਰਾਜ਼ ਨਹੀਂ ਸੀ ਪਰ ਪਤੀ ਦਾ ਇਹ ਕਹਿਣਾ ਕਿ ਉਹ ਟਮਾਟਰ ਕਰਕੇ ਨਰਾਸੀ ਇਹ ਮਾਮਲਾ ਕੀ ਹੈ ਇਹ ਵੀ ਜਲਦ ਪਤਾ ਚੱਲ ਜਾਏਗਾ ਜਦੋਂ ਇਹਨਾਂ ਦੋਨੋਂ ਦੀ ਸੁਲਾ ਹੋ ਜਾਏਗੀ ਇਸੇ ਨਾਲ ਇੱਕ ਹੋਰ ਵੀਡੀਓ ਵੀ ਬਹੁਤ ਸਾਹਮਣੇ ਆ ਰਿਹਾ ਹੈ ਜਿਸ ਵਿੱਚ ਇੱਕ ਔਰਤ ਦਾ ਜਨਮ ਦਿਨ ਹੁੰਦਾ ਹੈ ਤੇ ਉਸ ਦੇ ਪਤੀ ਔਰ ਰਿਸ਼ਤੇਦਾਰ ਉਸ ਨੂੰ ਟਮਾਟਰ ਗਿਫਟ ਕਰਦੇ ਨੇ ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਇੰਨੇ ਸਾਰੇ ਟਮਾਟਰ ਦੇ ਗਿਫਟ ਨੂੰ ਲੈ ਕੇ ਉਹ ਔਰਤ ਬਹੁਤ ਖੁਸ਼ ਹੋ ਜਾਂਦੀ ਹੈ ਤੇ ਇਸੀ ਖੁਸ਼ੀ ਦੇ ਵਿੱਚ ਉਹ ਇਸ ਨੂੰ ਵੀਡੀਓ ਵੀ ਪੋਸਟ ਕਰਦੀ ਹੈ ਆਪੀ ਇਹ ਫੋਟੋਸ ਵੀ ਪੋਸਟ ਕਰਦੀ ਹੈ ਉਸ ਦੇ ਕੋਲ ਦੇਖਿਆ ਜਾ ਸਕਦਾ ਹੈ ਕਿ ਬਹੁਤ ਸਾਰੇ ਟਮਾਟਰਾਂ ਦੇ ਨਾਲ ਫੋਟੋ ਪੋਸਟ ਕਰਦੀ ਨਜ਼ਰ ਆ ਰਹੀ ਹੈ ਤੇ ਬਹੁਤ ਖੁਸ਼ ਵੀ ਨਜ਼ਰ ਆ ਰਹੀ ਹੈ ਇਹ ਵੀ ਬਹੁਤ ਅਨੋਖਾ ਤਰੀਕਾ ਹੈ ਜਿੱਥੇ ਟਮਾਟਰਾਂ ਜਿਹਨੇ ਮਹਿੰਗੇ ਹੋ ਗਏ ਨੇ ਸੋ ਗਿਫਟ ਨਾਲੋਂ ਘਟਦਾ ਨਹੀਂ ਨੇ ਟਮਾਟਰਾਂ ਦੇ ਗਿਫਟ ਆਪਾਂ ਦੇ ਸਕਦੇ ਹਾਂ ਕਿਉਂਕਿ ਟਮਾਟਰ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੱਕ ਰਸੋਈ ਦਾ ਇੱਕ ਇੰਪੋਰਟੈਂਟ ਇੰਗਰੀਡੀਅੰਟ ਵੀ ਹੈ ਬਿਨਾਂ ਟਮਾਟਰ ਤੋਂ ਸਬਜ਼ੀਸਾਂ ਨੂੰ ਸਵਾਦ ਨਹੀਂ ਲੱਗਦੀ। ਅਗਰ ਆਪਾਂ ਕਿਸੇ ਨੂੰ ਟਮਾਟਰ ਦਵਾਂਗੇ ਅੱਜ ਦੇ ਟਾਈਮ ਦੇ ਵਿੱਚ ਓਬਵੀਅਸ ਹੈ ਉਹ ਬੰਦਾ ਖੁਸ਼ੀ ਹੋਏਗਾ। ਸੋ ਮਹਿੰਗੀ ਚੀਜ਼ ਲੈ ਕੇ ਕੋਈ ਖੁਸ਼ ਹੁੰਦਾ। ਪਰ ਇਹਦੇ ਨਾਲ ਹੀ ਇਹੋ ਨੇ ਇੱਕ ਚੰਗੀ ਗੱਲ ਵੀ ਹੈ। ਚੰਗੀ ਗੱਲ ਇਹ ਹੈ ਕਿ ਟਮਾਟਰ ਦੀਆਂ ਵੱਧਦੀਆਂ ਹੋਈਆਂ ਕੀਮਤਾਂ ਦੇਖ ਕੇ ਇਸ ਨੂੰ ਕੰਟਰੋਲ ਕਰਨ ਦੇ ਲਈ ਕੇਂਦਰ ਸਰਕਾਰ ਨੇ ਪਹਿਲੀ ਵਾਰ ਇੱਕ ਵੱਡਾ ਕਦਮ ਚੱਕਿਆ ਹੈ। ਜੀ ਹਾਂ ਕਿਹਾ ਜਾ ਰਿਹਾ ਹੈ ਕਿ ਤੁਰੰਤ 2-3 ਦਿਨਾਂ ਤੱਕ ਟਮਾਟਰ ਦੇ ਭਾਅ ਘਟ ਜਾਣਗੇ। ਯਾਨੀ ਕਿ ਟਮਾਟਰ ਸਸਤੇ ਹੋ ਸਕਦੇ ਨੇ। ਤਾਂ ਇਸ ਤੋਂ ਵੱਧ ਖੁਸ਼ੀ ਦੀ ਗੱਲ ਕੀ ਹੋ ਸਕਦੀ ਹੈ? ਪੰਡਾ ਦੇ ਕੀ ਜ਼ਿਆਦਾ ਖਪਤ ਵਾਲੀਆਂ ਥਾਵਾਂ ਤੇ ਸਪਲਾਈ ਲਈ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਸਿੱਧੀ ਖਰੀਦ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸ਼ੁੱਕਰਵਾਰ ਤੋਂ ਦਿੱਲੀ ਅਤੇ ਐਨਸੀਆਰ ਸਮੇਤ ਵੱਖ-ਵੱਖ ਸੂਬਿਆਂ ਦੇ ਜਿੰਨਾ ਕੇਂਦਰਾਂ ਤੇ ਮਹੀਨੇ ਭਰ ਤੋਂ ਕੀਮਤ ਚ ਵਾਧਾ ਹੋ ਰਿਹਾ ਉਥੋਂ ਘੱਟ ਕੀਮਤ 'ਚ ਟਮਾਟਰ ਮਿਲਣ ਲੱਗੇਗਾ। ਦਿੱਲੀ ਐਨਸੀਆਰ 'ਚ ਟਮਾਟਰ ਹਿਮਾਚਲ ਤੋਂ ਆਉਂਦਾ ਹੈ। ਕਰਨਾਟਕ ਦੇ ਕੋਲਾਰ ਤੇ ਆਂਧਰਾ ਪ੍ਰਦੇਸ਼ ਦੇ ਚਤੂਰ ਤੋਂ ਵੀ ਟਮਾਟਰ ਮੰਗਾਇਆ ਜਾ ਰਿਹਾ ਹੈ। ਗੁਜਰਾਤ ਤੇ ਮਧ ਪ੍ਰਦੇਸ਼ ਸਮੇਤ ਕੁਝ ਜ਼ੂਬਿਆਂ ਚ ਮਾਹਰਾਸ਼ਟਰ ਦੇ 17 나सिक ਤੇ ਨਰਾਇਣਪਿੰਡ ਚੋ ਵੀ ਆ ਰਿਹਾ ਹੈ ਜੋ ਪੂਰੇ ਮਹੀਨੇ ਜਾਰੀ ਰਹਣ ਦੀ ਉਮੀਦ ਹੈ 나सिक ਤੋਂ 체ਤੀ ਟਮਾਟਰ ਦੀ ਨਵੀਂ ਫਸਲ ਆਉਣ ਵਾਲੀ ਹੈ ਅਗਸਤ ਤੋਂ ਨਰਾਇਣਪਿੰਡ ਦੇ ਔਰੰਗਾਬਾਦ ਤੋਂ ਹਰ ਹੋਰ ਸਪਲਾਈ ਵੀ ਹੋ ਸਕਦੀ ਹੈ ਸੋ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਟਮਾਟਰ ਦੇ ਪ੍ਰਾਈਸ ਘਟ ਜਾਣ ਜਲਦੀ ਤੋਂ ਜਲਦੀ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੜਾ ਦੇ ਨਾਲ ਆਏ ਹੋਏ ਹਾਲਾਤ ਠੀਕ ਹੋ ਜਾਣ ਤੇ ਦੇਸ਼ ਦੇ ਵਿੱਚ ਖੁਸ਼ਹਾਲੀ ਹਮੇਸ਼ਾ ਕਾਇਮ ਰਹੇ ਇਸ ਨਾਲ ਉਮੀਦ ਕਰਦੀ ਆਂ ਕਿ ਤੁਹਾਨੂੰ ਮੇਰਾ ਪ੍ਰੋਗਰਾਮ ਵੀ ਜ਼ਰੂਰ ਪਸੰਦ ਆਇਆ ਹੋਵੇਗਾ ਸੋ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਤੁਸੀਂ ਇਸੇ ਤਰੀਕੇ ਨਾਲ ਬਨੇ ਰਹੋ ਪੰਜਾਬ ਮਿਲ ਯੂਐਸਟੀਵੀ ਦੇ ਨਾਲ ਫਿਲਹਾਲ ਦੇ ਲਈ ਸਰਬੀ ਨੂੰ ਦੋ ਇਜਾਜ਼ਤ